ਸਾਸਤਰੀ ਗੱਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ ਲਾਡਾ ਡਿਸਕਸਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਹਾ ਨਿੱਗਾ ਸਵਾਗਤ ਅੱਜ ਹੋ ਗਈ ਵੀਰ 28 ਤਰੀਕ 28 ਤਰੀਕੀਆਂ ਬੜੀਆਂ ਖਬਰਾਂ ਰੇਡੀਓ ਦੇ ਉੱਪਰ ਲੇਕਾ ਆਜਰ ਹੋ ਗਿਆ ਵੀਰ ਸਾਰਿਆਂ ਦਾ ਧੰਨਵਾਦ ਕਰ ਰਿਹਾ ਔਰ ਕੱਲ ਮਾਰੇ ਵੀਰ ਭੈਣ ਭਾਈਆਂ ਨੇ ਆਪਣੇ ਆਪਣੇ ਵਿਚਾਰ ਸਭ ਨੂੰ ਦੇ ਜਿਸ ਵਿੱਚ ਸੁਖਵਿੰਦਰ ਭੰਗੂ ਸਾਹਿਬ ਯੋਗੁਰ ਸੇਵਕ ਵੀਰ ਜੀ ਆਰ ਪ੍ਰਵਿੰਦਰ ਕੌਰ ਜੀ ਬਲਬੀਰ ਸਿੰਘ ਜੀ ਆਰ ਗੁਰਦੀਪ ਸਿੰਘ ਅਰ ਅਨਮੋਲ ਬਰਾੜ ਸਾਹਿਬ ਚਰਨਜੀਤ ਕੌਰ ਜੀ ਬਲਕਾਰ ਸਿੰਘ ਜੀ ਅਰ ਇਸਕੇ ਗੈਲ-ਗੈਲਾ ਚਰਨਜੀਤ ਕੌਰ ਫਤਿਹਪ੍ਰਤਾਪ ਸਿੰਘ ਰਾਜਾ ਵੀਰ ਜੀ ਅਰ ਰਮਨਪ੍ਰੀਤ ਸਿੰਘ ਜੀ ਨੇ ਆਪਣੇ ਆਪਣੇ ਵਿਚਾਰ ਸਾਰੇ ਨੇ ਕੱਲ ਸਾਂਝੇ ਕਰੇ ਕਿਉਂਕਿ ਕੱਲ ਦਾ ਇੱਕ ਮੰਦਪਾਗਾ ਦਿਨਤਾ ਜਿਸਕੇ ਉੱਪਰ ਦਿਲ ਤੇ ਸਾਰਿਆਂ ਨੂੰ ਬਹੁਤ ਬੜੀ ਉਮੀਦ ਸੀ ਕੱਲ 26 ਤਰੀਕੀ ਲੇਕਿਨ ਨਰਾਸਾ ਹੱਥ ਲੱਗੀ ਲੇਕਿਨ ਉਸਕੇ ਬਾਅਦ ਵੀ ਅੱਜ ਦਾ ਜੋ ਮਾਹੌਲ ਅੱਜ ਕੇ ਮਾਹੌਲ ਕੀ ਜੇ ਆਪਾਂ ਬਾਤ ਕਰਾਂ ਤਾਂ ਅੱਜ ਕੀ ਲੇਟਸਟ ਅਪਡੇਟ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਇਹਨਾਂ ਨੇ ਮੋਰਚੇ ਦੇ ਵਿੱਚ ਦੂਰ ਦਰਾਡੇ ਬੈਠੇ ਹਮਦਰਦ ਦੋਸਤਾਂ ਨੂੰ ਮੋਰਚਾ ਸਲਾਮਤ ਕੀ ਬਾਤ ਕਹੀ ਅਰ ਮਾਰੇ ਤੱਕ ਯੂ ਮੈਸੇਜ ਪਹੁੰਚਿਆ ਉਹਨਾਂ ਨੇ ਕਿਹਾ ਕਿ ਇਹ ਮੋਰਚਾ ਸਲਾਮਤ ਅੱਜ ਵੀ ਇਸੇ ਤਰ੍ਹਾਂ ਸਲਾਮਤ ਰਹੇਗਾ ਇੰਟਰਨੈਟ ਬੰਦ ਹੋੜ ਕਰ ਕਾ ਕਾ ਆਪਾ ਤੁਹਾਨੂੰ ਕੋਈ ਸੁਨੇਹਾ ਨਹੀਂ ਭੇਜ ਸਕਦੇ ਪਰ ਥੰ ਫਿਕਰ ਨਾ ਕਰੋ ਅਰ ਆਪਾ ਅਰ ਥੰ ਇੱਕ ਦੂਸਰੇ ਦੀ ਬਾਹ ਫੜ ਕੇ ਬੈਠੇ ਅਰ ਥਾਰਾ ਹੌਸਲਾ ਵਿਸ਼ਵਾਸ ਅਰ ਮਾਰੀ ਤਾਕਤ ਜਿਸ ਨੂੰ ਬਣਾਈ ਰੱਖੋ ਲੋਕ ਜਿੱਤेंगे ਗਰਦਾਰ ਜੋ ਹੈ ਵਾ ਸਰਕਾਰ ਨੂੰ ਹਰਾਉਣੇ ਕੇ ਜੀ ਵਿੱਚ ਜੋ ਗਰਦਾਰ ਲੱਗ ਰਹੇ ਵੀ ਸਰਕਾਰ ਨੂੰ ਆਪਾ ਜਿਤਾਣਾ ਅਰ ਇਸ ਅੰਦੋਲਨ ਨੂੰ ਹਾਰ ਹਰਾਣਾ ਇਨਾ ਦਾ ਮੂੰਹ ਤੋੜ ਜਵਾਬ ਆਪਾਂ ਬਹੁਤ ਜਲਦ ਦੇਵਾਂਗੇ ਜੋ ਭਾਰਤੀ ਕਿਸਾਨ ਯੂਨੀਅਨ ਨੇ ਇੱਕਤਾ ਗ੍ਰਹਾ ਕੀ ਤਰਫ ਤੇ ਇੱਕ ਮੈਸੇਜ ਇੱਕ ਸਨੇਹਾ ਅਰ ਜਿੱਥਾ ਬਾਰਡਰ ਦੇ ਉੱਪਰ ਅੱਜ ਕਈ ਤਰ੍ਹਾਂ ਗਿਆ ਬਾਤਾਂ ਦੇਖਣ ਸੁਣਨ ਨੂੰ ਮਿਲੀਆਂ ਉੱਥਾ ਹੀ ਸਭ ਤੋਂ ਵੱਡਾ ਇੱਕ ਰੂਲ ਅੱਜ ਜਿੱਥਾ ਇਹ ਕਹ ਲੋ ਵੀ ਕੱਲ ਐਫ ਆਈ ਆਰਾਂ ਦਾ ਦੌਰ ਰਿਹਾ ਅਮਿਤ ਸਾਹ ਦੀ ਸਖਤਾਈ ਦੀ ਬਾਤ ਜੇਕਰ ਆਏ ਵੀ ਦਿੱਲੀ ਦੇ ਵਿੱਚ ਮੈਂ ਕੱਲ ਹੋਰ ਕਿਆ ਸਖਤਾਈ ਹੋਈ ਅਰ ਰਾਜੇਵਾਲ ਨੂੰ ਲੈ ਕੇ ਕੱਲ ਵੱਡੀਆਂ ਖਬਰਾਂ ਰਹੀਆਂ ਪਰ ਇੱਕ ਵਾਰ ਫੇਰ ਇਤਨੀ ਬੜੀ ਢਾਹ ਲੱਗਣ ਤੇ ਬਾਅਦ ਵੀ ਜੋ ਆંદੋਲਨ ਉਸੇ ਤਰ੍ਹਾਂ ਬਰਕਰਾਰ ਖੜਿਆ ਅਰ ਇੱਕ ਤਰੀਕੀ ਜਿਹੜੀ ਤਿਆਰੀ ਇਹ ਬ ਕਿਸਾਨਾਂ ਨੇ ਜੋ ਸੋ ਖਰੂਸ ਨਾਲ ਕਰਨੀ ਸ਼ੁਰੂ ਕਰਤੀ ਦੀਪ ਸਿੱਧੂ ਲੱਖਾ ਸਧਾਨਾ ਵੀ ਕੱਲ ਸੁਰਖੀਆਂ ਦੇ ਵਿਚ ਮਾ ਰਹੇ ਇਹਨ ਸਾਰੀ ਬਾਤਾਂ ਬ ਗੱਲ ਕਰਾਂਗੇ ਯਾਰ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਵੀ ਗਣਤੰਤਰ ਦਿਵਸ ਕੀ ਮੌਕੇ ਪਰ ਜਿਹੜੀ ਉਹ ਪਰੇਡ ਨਿਕਲੀ ਦੀ ਕਿਸਾਨ ਆਗੂ ਬਲਬੀਰ ਰਾਜੇਵਾਲ ਕਿਸਾਨ ਮਜ਼ਦੂਰ ਇਕਤਾ ਕੇ ਉਪਰ ਬੜਾ ਦੋਸ ਕੱਲ ਬਲਬੀਰ ਸਿੰਘ ਰਾਜੇਵਾਲ ਨੇ ਲਾ ਦਿਆ ਔਰ ਕਹਿ ਰਿਹਾ ਕਹੇ ਸਿੰਘੂ ਸਰਦ ਕੀ ਸਟੇਜ ਕੇ ਉਪਰ ਉਸਨੇ ਕਿਹਾ ਕਹੇ ਵੀਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਸਵਰਨ ਸਿੰਘ ਪੰਦੇਰ ਇਸਕੀਆਂ ਕਹੇ ਬਹੁਤ ਮਿੰਟਾਂ ਕਰੀਆਂ ਹਾੜੇ ਕੱਢੇ ਵੀ ਹਿੰਸਕ ਕਾਰਵਾਈ ਨੂੰ ਅੰਜਾਮ ਨਾ ਦੇ ਪਰ ਇਸਕੇ ਬਾਅਦ ਵੀ ਕਹਿ ਯੋ ਲੋਕਾਂ ਨੇ ਰਿੰਗ ਰੋਡ ਪਾ ਲੈ ਜਾਣ ਵਾਸਤਾ ਉਕਸਾਇਆ ਜਿਸ ਕਰਕੇ ਸ਼ਾਂਤੀਮਈ ਅੰਦੋਲਨ ਨੂੰ ਬੜੀ ਢਾ ਲੱਗੀ ਇੱਕ ਬੜੀ ਬਾਤ ਨਿਕਲ ਕਾ ਯਾਰ ਕੱਲ ਕਿਤੇ ਨਾ ਕਿਤੇ ਯੋ ਕਹਿ ਲੋ ਵੀ ਸਵਰਨ ਸਿੰਘ ਪੰਦੇਰ ਦੀਪ ਸਿੱਧੂ ਅਰ ਪੰਨੂ ਨੂੰ ਵੱਡਾ ਗਰਦਾਰ ਦੱਸਿਆ ਰਾਜੇਵਾਲ ਕਹਿ ਰਿਹਾ ਕਹੇ ਕਿਸਾਨ ਮਜ਼ਦੂਰ ਏਕਤਾ ਯੋ ਕਹਿ ਵੀ ਸੌਦਾ ਹੋਇਆ ਔਰ ਆਣੇ ਵਾਲੇ ਦਿਨਾਂ ਮਾ ਕਾਹੀ ਉਹ ਸੌਦਾ ਬਾਹਰ ਆਵੇਗਾ ਜਿੱਤਰਾ ਕਹਾ ਕੋਈ ਬੀਜ ਨੂੰ ਆਪਾਂ ਬੀਜਦੇ ਆ ਨਾ ਫਿਰ ਉਹ ਬੀਜ ਹੌਲੀ-ਹੌਲੀ ਬਾਹਰ ਆਵਾ ਇਤਰਾ ਕਾ ਇਹੋ ਪੰਦੇਰ ਕਾ ਜਿਹੜਾ ਸੌਦਾ ਯੋ ਬਾਹਰ ਨਿਕਲ ਕੇ ਆਵੇਗਾ ਚਲੋ ਯੋ ਜਿਹੜੀ ਕੱਲ ਬਾਤ ਚੀਤ ਹੋਈ ਹੈ ਇਸਕੇ ਵਿੱਚ ਮੈਂ ਕਿਤੇ ਨਾ ਕਿਤੇ ਥੋੜਾ ਜਾ ਯੋ ਕਹਿ ਸਕਾਂ ਵੀ ਕਿਸਾਨ ਮਜ਼ਦੂਰ ਇਕਤਾ ਕਮੇਟੀ ਆਰ ਯੋ ਜਿਹੜਾ ਸੰਕਟ ਮੋਰਚਾ ਇਸਕੇ ਵਿੱਚ ਮੈਂ ਕੜਵਾਹਟ ਆ ਸਕਾਂ ਕਿਉਂਕਿ ਇਬ ਸਰਿਆਮ ਸਟੇਜ ਪਾ ਖੜ ਕੇ ਰਾਜੇਵਾਲ ਨੇ ਕਹਤੇ ਆ ਹਰ ਕਹ ਰਿਹਾ 25 ਤਰੀਕੀ ਰਾਤ 25 ਤਰੀਕੀ ਰਾਤ ਨੂੰ ਕਹੇ 10 ਵਜੇ ਸਰਮਪਧੇਰ ਕੇ ਬਾਸਕਾ ਜਾ ਕੇ ਦਿੱਲੀ ਪੁਲਸ ਵਾਲੇ ਕਾ ਸੀਨੀਅਰ ਅਧਿਕਾਰੀ ਉੱਥਾ ਪਹੁੰਚੇ ਔਰ ਬਕਾਇਦਾ ਮੀਟਿੰਗ ਹੋਈ ਰਾਜੇਵਾਲ ਕਹਿ ਰਹਾ ਕਾ ਸਾਰੇ ਜਥੇ ਬੰਦੀਆਂ ਕੇ ਵਿਚਾਲੇ ਬਕਾਇਦਾ ਫੈਸਲਾ ਹੋਇਆ ਤਾਂ ਵੀ 26 ਤਰੀਕ ਸਵੇਰੇ 10 ਵਜੇ ਪ੍ਰੇਡ ਸ਼ੁਰੂ ਕਰਨੀ ਤੇ ਪਹਿਲਾਂ ਨਹੀਂ ਜਾਣਾ ਪਰ ਪੁਲਿਸ ਨੇ ਕਹ ਕਿ ਕਿਸਾਨ ਮਜ਼ਦੂਰ ਇਕਤਾ ਕਮੇਟੀ ਨੂੰ ਸਵੇਰੇ 7 ਵਜੇ ਕਾ ਉੱਥਾ ਦੇ ਜਾਣੇ ਕਾ ਕਹ ਕਿਉਂ ਰਾਹ दिया ਯੋ ਕਹ ਸਿੱਟਾ ਸਾਰਿਆਂ ਕੇ ਸਾਹਮਣੇ ਆਵੇਗਾ ਅਰਕਿਤੇ ਨ ਕਿਤੇ ਵੀਰ ਇੱਕ ਬੜਾ ਸਵਾਲ ਖੜਾ ਕਰਤਿਆ ਰਾਜੇਵਾਲ ਨੇ ਇਹ ਵੀ ਕਹਿਤਿਆ ਕਾ ਵੀ ਦੀਪ ਸਿੱਧੂ ਆਰ ਐਸ ਐਸ ਦਾ ਬੰਦਾ ਜਿਸ ਕਰਕੇ ਕਿਸਾਨ ਆंदोलਨ ਨੂੰ ਬਦਨਾਮ ਕਰਨੇ ਦੀ ਕੋਸ਼ਿਸ਼ ਆ ਅਰ ਬਾ ਕਹਿ ਰਿਹਾ ਵੀ ਦੀਪ ਸਿੱਧੂ ਬਕਾਇਦਾ ਆਰ ਐਸ ਐਸ ਤੋਂ ਟ੍ਰੇਨਿੰਗ ਲੇ ਕੇ ਰਾਜੇਵਾਲ ਕਹਿ ਰਿਹਾ ਕਾ ਵੀ ਅਕਾਲਪੁਰ ਕਾ ਮੈਂ ਸੁਕਰਾਨਾ ਕਰਾਂ ਕਿਸਾਨ ਸਾਫ ਸੁਥਰੇ ਆंदोलਨ ਦੇ ਵਿੱਚ ਮੈਂ ਯੋ ਗੰਧ ਜਿਹੜਾ ਤਾਂ ਇਹ ਬਾਹਰ ਨਿਕਲਿਆ ਇਹ ਬ ਯੋ ਬਤਾ ਜਿੱਥਾ ਅੱਜ ਕੇ আর ਕੱਲ ਕੇ ਅਖਬਾਰ ਪੂਰੀ ਤਰ੍ਹਾਂ ਭਰੇ ਪਏ আর ਜਿਸਕੇ ਵਿੱਚ ਮੈਂ ਕੱਲ੍ਹ ਗਿਆ ਦੋ ਬੜੀਆਂ ਖਬਰਾਂ ਜਿਹੜੀਆਂ ਲੱਗ ਰਹੀਆਂ ᱛੀਆਂ ਉਸਕੇ ਵਿੱਚ ਮੈਂ ਦੱਸ ਰਿਹਾ ਦੀਪ ਸਿੱਧੂ ਆ ਲੱਖੇ ਸਿਧਾਣੇ ਤੇ ਹਿੰਸਾ ਪੜਕਾਣ ਦੇ ਇਲਜ਼ਾਮ ਕਦੇ ਵੀ ਹੋ ਸਕਦਾ ਗ੍ਰਿਫਤਾਰੀ ਖੈਰ ਥਾਣੇ ਵੀ ਇਹ ਖਬਰ ਪੜ੍ਹੀ ਹੋਣੀ ਪਰ ਇਸਕੇ ਪਰ ਇੱਕ ਸੋਚਣ ਵਾਲੀ ਬਾਤ ਯੋ ਦਿੱਲੀ ਦੇ ਵਿੱਚ ਮੈਂ ਕਹੇ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਮੈਂ ਅਣਪਛਾਤੇ ਲੋਕਾਂ ਬਾ 22 ਐਫ ਆਈ ਆਰਾਂ ਕੱਟਤੀਆਂ ਅਰ ਪੰਜਾਬੀ ਕਲਾਕਾਰ ਦੀਪ ਸਿੱਧੂ ਆ ਲੱਖਾ ਸਿਧਾਣੇ ਪਾ ਹਿੱਸਾ ਪੜਕਾਣੇ ਦਾ ਇਲਜ਼ਾਮ ਲੱਗੇ ਆਰ ਖਬਰ ਨਿਕਲਕਾਰੀ ਕਾ ਵੀ ਗੁਨਾਹਗਾਰਾਂ ਕੀ ਤਲਾਸ਼ ਤੇਜ਼ੀ ਨਾਲ ਹੋ ਰਹੀ ਦੋਆਂ ਕੀ ਗ੍ਰਿਫਤਾਰੀ ਕਦੇ ਵੀ ਹੋ ਸਕਾ ਪਰ ਇੱਕ ਇਬ ਸਵਾਲ ਜਿਹੜਾ ਖੜਾ ਹੋ ਗਿਆ ਕੱਲ ਮੈਂ ਤੁਹਾਨੂੰ ਦੱਸਾਂ ਵੀ ਕੱਲ ਇੱਕ بڑا ਜਿਹੜਾ ਫੈਸਲਾ ਲਿਆ ਗਿਆ ਤਾਂ আর بڑے ਫੈਸਲੇ ਦੇ ਵਿੱਚ ਮੈਂ ਤੁਹਾਨੂੰ ਦੱਸਾਂ ਬਈ ਪੁਲਿਸ ਨੇ ਜਿਹੜੀਆਂ ਐਫਆਈਆਰਾਂ ਕੱਟੀਆਂ ਇਸ ਐਫਆਈਆਰਾਂ ਦੇ ਵਿੱਚ ਮਾ ਕਾਫੀ بڑے ਨਾਮ ਨਿਕਲ ਕੇ ਸਾਹਮਣੇ ਆਏ ਔਰ ਇਸ ਐਫਆਈਆਰਾਂ ਦੇ ਵਿੱਚ ਮਾ ਜਿੱਥਾ ਇਹ ਕਹ ਲੋ ਬਈ ਕਿਸਾਨ ਆਗੂ ਦਰਸ਼ਨਪਾਲ ਜਗਿੰਦਰਪਾਲ ਜਗਿੰਦਰ ਸਿੰਘ ਉਗਰਾ ਬਲਵੀਰ ਸਿੰਘ ਰਾਜੇਵਾਲ ਰਜਿੰਦਰ ਸਿੰਘ ਬੂਟਾ ਸਿੰਘ ਬੁਰਜ ਗਿੱਲ ਇਸ ਦੇ ਵਿਰੁੱਧ ਐਫਆਈਆਰਦਾਰ ਜੁਈ ਉੱਥਾਈ ਯੋ ਐ ਪਾਇਰ ਗਿਹਾ ਲੈ ਕਾਪੀ ਤੋਂ ਖਾਰ ਦੇਖਣ ਨੂੰ ਮਿਲੀ 92 ਕਿਹੜੇ ਯੋ ਕਈ ਵਾਰ ਮੀਡੀਆ ਵਾਲੇ ਖਾਸ ਖਾਸ ਨਾਮ ਉਰੇ ਰੱਖ ਦਿਆਂ ਬਾਕੀ ਕੀ ਨਾਮ ਜਿਹੜੇ ਇਹਨਾਂ ਨੂੰ ਯੋ ਦੱਸਦੇ ਨਹੀਂ ਉਹ ਵੀ ਹੋ ਸਕਾ ਲੈ ਕੇ ਨਾ ਜਦ ਯੋ 6 7 ਨਾਮ ਮੀਡੀਆ ਦੇ ਵਿੱਚ ਮੈਂ ਸਾਹਮਣੇ ਨਿਕਲ ਕਾਏ ਔਰ ਉੱਥੇ ਹੀ ਟਾਈਟਲ ਛਾਪ ਰਿਹਾ ਵੀ ਦੀਪ ਸਿੱਧੂ ਲੱਖੇ ਸਿਧਾ ਨੇ ਕ ਕਦੇ ਵੀ ਗ੍ਰਿਫਤਾਰੀ ਹੋ ਸਕਤਾ ਫਿਰ ਯੋ ਐਫ ਆਈ ਆਰ ਕਿੱਥਾ ਇਹੋ ਐਫ ਆਈ ਆਰ ਕੀ ਹਲੇ ਤੱਕ ਕਿਸੇ ਪਾਸਾ ਕੋਈ ਬਾਤ ਨਹੀਂ ਨਿਕਲ ਕਾਈ ਆਰ ਦੀਪ ਸਿੱਧੂ ਦੀ ਗ੍ਰਿਫਤਾਰੀ ਕੀ ਮੰਗ ਜਿਹੜੀ ਪੰਜਾਬ ਕੇ ਵਿੱਚੋਂ ਵੀ ਉੱਠਣ ਲੱਗ ਗਈ ਆਰ ਹਿੰਸਾ ਪੜਗਾਣੇ ਕੀ ਨਿਕਲ ਕਾ ਬਾਤਾਂ ਨਿਕਲ ਕਾ ਸਾਹਮਣੇ ਆ ਯਾਰ ਦੋ ਗੁਨਾਹਗਾਰਾਂ ਕੀ ਤਲਾਸ਼ ਤੇਜ਼ੀ ਨਾਲ ਹੋ ਰਹੀ ਓ ਖਬਰ ਮੈਂ ਛਾਪ ਰਹੀ ਸਿੱਖ ਪਰ ਜਸਟਿਸ ਮਾਮਲੇ ਮੈਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਤਲਬ ਕਰਿਆ ਐਨ ਆਈ ਐ ਨੇ ਦੀਪ ਸਿੱਧੂ ਮੰਗਲਵਾਰ ਲਾਲ ਕਿਲੇ ਕੇ ਪ੍ਰਥਾਨ ਨੇ ਦੇਖਿਆ ਹੁਣ ਬਈ ਉੱਥਾ ਝੰਡਾ ਫਹਿਰਾ ਰਿਹਾ ਤਾਂ ਔਰ ਰਾਸ਼ਟਰੀ ਰਾਜਧਾਨੀ ਕੇ ਵਿੱਚ ਵਾ ਕਈ ਸਿਆਮਾ ਹਿੰਸਕ ਝੜਪਾ ਹੋਈਆਂ ਔਰ ਇਸ ਕੇ ਬਾਅਦ ਦੀਪ ਸਿੱਧੂ ਨੇ ਫੇਸਬੁੱਕ ਪਰ ਲਾਈਵ ਹੋਕਾ ਔਰ ਉਸ ਤੇ ਬਾਅਦ ਦੀਪ ਸਿੱਧੂ ਨੇ ਕੱਲ ਆਪਣਾ ਸਫਾਈ ਵੀ ਦੇਈ ਸਫਾਈ ਵੀ ਦੇਈ ਤੇ ਕਹਾ ਵੀ ਜਜਬਾਤ ਹੋ ਜਾ ਕੱਲੇ ਬੰਦੇ ਨੂੰ ਟਾਰਗੇਟ ਨਹੀਂ ਕਰਿਆ ਜਾਂਦਾ ਪਰ ਉਸ ਤੇ ਬਾਅਦ ਇੱਕ ਕਿਸਾਨ ਉੱਥਾ ਦੋ ਤਿੰਨ ਇਕੱਠੇ ਹੋ ਕੇ ਆਏ ਔਰ ਉਸ ਤੋਂ ਬਾਅਦ ਇਹ ਵੀਡੀਓ ਮੈਂ ਦੇਖਣ ਨੂੰ ਮਿਲ ਰਿਹਾ ਵੀ ਦੀਪ ਸਿੱਧੂ ਦੌੜ ਗਿਆ ਦੌੜਿਆ ਕਿਉਂ ਕਿਸ ਬਾਦਲੇ ਦਾ ਦੌੜਿਆ ਇਸ ਬਾਤ ਦੀ ਪੁਸ਼ਟੀ ਆਪਾਂ ਨਹੀਂ ਕਰ ਸਕਦੇ ਵੀ ਕਿਉਂ ਦੌੜਿਆ ਜੇ ਤੂੰ ਵਾਹੀ ਦੱਸੇਗਾ ਜਿਹੜਾ ਦੌੜਿਆ ਆ ਰਿਸ਼ੀਕਾਰ ਕਬੀਰੇ ਯੋਕ ਹਲੋ ਬਈ ਇੱਕੋ بڑا ਸਵਾਲ ਖੜਾ ਹੋ ਗਿਆ ਔਰ ਕਿਸਾਨਾ ਨੇ ਕਹੇ ਕਈ ਖਲਾਸੇ ਕਰਤੇ ਦੀਪ ਸਿੱਧੂ ਲੱਖਸ ਦਾਣੇ ਕਹਿਣੇ ਵਾ ਗਾ ਲਾਲ ਕਿਲੇ ਬਗਾਇਆ ਦੀਪ ਸਿੱਧੂ ਨੇ ਕੱਲ ਲੱਖੇ ਨੇ ਵੀਡੀਓ ਪਾਈ ਤੀ ਔਰ ਕਿਤੇ ਨਾ ਕਿਤੇ ਲੱਖੇ ਕਾ ਔਰ ਦੀਪ ਸਿੱਧੂ ਕਾ ਨਾਮ ਜਿਹੜਾ ਕੱਲ ਇਹ ਜਿਹੜਾ ਮੀਡੀਆ ਦੇ ਵਿੱਚ ਮਾ ਸੁਰਖੀਆਂ ਮਾਰ ਰਿਹਾ ਲੱਖੇ ਸਿਧਾਣੇ ਦਾ ਔਰ ਮੈਂ ਤੁਹਾਨੂੰ ਲੱਖਾ ਸਿਧਾਣੇ ਦੇ ਬਾਰੇ ਮਾ ਬੜਾ ਦੱਸਣਾ ਚਾਹਾਂ ਵੀ ਲੱਖਾ ਸਿਧਾਣਾ ਕੌਣ ਬੰਦਾ ਪੰਜਾਬ ਦੇ ਬਠਿੰਡੇ ਦਾ ਰਹਿਣ ਵਾਲਾ ਲੱਖਾ ਸਿਧਾਣਾ ਅਪਰਾਧ ਦੀ ਦੁਨੀਆ ਵਿੱਚ ਇੱਕ ਬਹੁਤ ਵੱਡਾ ਨੌਮ ਤਾਂ ਲੱਖੇ ਸਿਧਾਣੇਗਾ ਔਰ ਇਸਕਾ ਅਸਲੀ ਨੌ ਜਿਹੜਾ ਲਖਵੀਰ ਸਿੰਘ ਸਿਧਾਣਾ ਕਬੱਡੀ ਦਾ ਬਹੁਤ ਵਧੀਆ ਖਿਡਾਰੀਤਾ ਔਰ ਯੋ ਅਪਰਾਧ ਦੀ ਦੁਨੀਆ ਮਾਂਤੇ ਬਾਅਦ ਯੋ ਸਾਰੀ ਸੌਂਕ ਜਿਹੜੇ ਗਵਾ ਗਿਆਤਾ ਪਰ ਉਸ ਤੋਂ ਬਾਅਦ ਈਬ ਲੋਕਾਂ ਨੂੰ ਔਰ ਨੌਜਵਾਨਾਂ ਨੂੰ ਖਾਸ ਕਰਕੇ ਉਹਨਾਂ ਦਾ ਰੋਲ ਰੋਲ ਮਾਡਲ ਤਾਂ ਨੌਜਵਾਨ ਲੱਖੇ ਸਦਾਨੇ ਦੀ ਬਾਤ ਨੂੰ ਬਹੁਤ ਫੋਲੋ ਕਰਤੇ ਔਰ ਕਿਤੇ ਨਾ ਕਿਤੇ ਇਹ ਲੱਖੇ ਸਦਾਨੇ ਦੇ ਉੱਪਰ ਵੀ ਇਹ ਜਿਹੜੀ ਜਾਂਚ ਘੁੰਮੜੀ ਸ਼ੁਰੂ ਹੋ ਗਈ ਔਰ ਕੱਲ ਲੱਖੇ ਸਦਾਨੇ ਨੇ ਵੀ ਇੱਕ ਵੀਡੀਓ ਛੱਡੀ ਸੀ ਸ਼ਾਮ ਟਾਈਮ ਜਿਸ ਦੇ ਵਿੱਚ ਮਾ ਕਈ ਸੋਸ਼ਲ ਮੀਡੀਆ ਚੈਨਲਾਂ ਦੇ ਪੁਰਸ਼ ਨੇ ਬਾਤ ਕਰੀ ਸੀ ਕਹਾ ਵੀ ਲਿਖਾ ਕੁਸ ਦੱਸਾਂ ਕੁਸ ਔਰ ਬਣਾਵਾ ਕੁਸ ਇਸ ਚੀਜ਼ ਨੂੰ ਹਟ ਜੋ ਨਹੀਂ ਮੈਂ ਨੌ ਲੇਖਾ ਕਾ ਪੇ ਚੈਨਲਾਂ ਦਾ ਦੱਸਾਂਗਾ ਵੀ ਕੱਲੂ ਮੰਨੂ ਨਾ ਕਿਉ ਮੈਂ ਤਾਉ ਮਾਰਾ ਨਾ ਕਿਉ ਲਿਆ ਇਹ ਬਾਤ ਹੋਈ ਸੀ ਖੈਰ ਚਲੋ ਬਾਤ ਕਰਾਂ ਆਪਾਂ ਈਵ ਜਦ ਇਹ ਕੱਲ ਬੜਾ ਇੱਕ ਹਿੰਸਾ ਹੋਇਆ ਜਿੱਥਾ ਇਹ ਇਹ ਮਾਰਾ ਗਵੰਡੀ ਮੁਲਕ ਪਵਾ ਅਮਰੀਕਾ ਅਮਰੀਕਾ ਦੇ ਵਿੱਚ ਮਾ ਜਦ ਇਹ ਕਹਿ ਲੋ ਵੀਰ ਉੱਠਾ ਵਾਈਟ ਹਾਊਸ ਦੇ ਉੱਪਰ ਚੜ੍ਹੇ ਆਰ ਕਹੇ ਵੀ ਲੋਕਤੰਤਰ ਦਾ ਕਾਹਨ ਹੋਇਆ ਕੱਲ ਵੀ ਕਹੇ ਲੋਕਤੰਤਰ ਦਾ ਕਾਹਨ ਗੋਦੀ ਮੀਡੀਆ ਨੇ ਕੱਲ ਬੜੀਆਂ ਖਬਰਾਂ ਪਤਨੀ ਕੱਲ੍ਹ ਕੇ ਗੋਦੀ ਮੀਡੀਆ ਨਾਲ ਤੋਂ ਯੋ ਕਹਾ ਵੀ ਕਈਆਂ ਨੂੰ ਤੋਂ ਯੋ ਕਹਾ ਵੀ ਯੋ ਪੂਪਨੀਆਂ ਲੱਗੀਆਂ ਔਰ ਕਈਆਂ ਨੂੰ ਮਰੋੜ ਔਰ ਬਹੁਤ ਚੀਜ਼ਾਂ ਕੱਲ੍ਹ ਕਿਆਂ ਟੈਲੀਵਿਜ਼ਨ 'ਤੇ ਚੱਲ ਰਹੀਆਂ ਇਹੋ ਵੀਰੇ ਸਮਝਦੇ ਨਹੀਂ ਬਾਹਰ ਵੀ ਟੈਲੀਵਿਜ਼ਨ ਨੂੰ ਦੇਖਾਂ ਕਿਆ ਕਰਾਂ ਕਿਆ ਨਹੀਂ ਦਿੱਲੀ ਦੇ ਵਿੱਚ ਮੈਂ ਖਾਸ ਕਰਕੇ ਯੋ ਜਿਹੜਾ ਨਸਾਨ ਸਾਹਿਬ ਯੋ ਲਾਇਆ ਗਿਆ ਥਾ ਲਾਲ ਕਿਲੇ ਦੇ ਉੱਪਰ ਇਸ ਨੂੰ ਲੈ ਕੇ ਬੜਾ ਟਾਰਗੇਟ ਕਰਿਆ ਯੋ ਕਹਾਂ ਵੀ ਆਪਣੀ ਪੀੜੀ ਤਲੇ ਸੋਟਾ ਫੇਰਦੇ ਨਹੀਂ ਦੂਸਰਿਆਂ ਨੂੰ ਮਤਾਂ ਦੇ ਹਾਂ ਯੋ ਬਾਤ ਕੱਲ ਗੋਦੀ ਮੀਡੀਆ ਦੇ ਚੈਨਲ ਆਪਾਂ ਦੇਖਣ ਨੂੰ ਮਿਲਿਆ ਆਰਸੀ ਤੇ ਬਾਅਦ ਤੁਹਾਨੂੰ ਦੱਸਦੇ ਹਾਂ ਵੀ ਗਣਤੰਤਰ ਦਿਵਸ ਦੇ ਮੌਕੇ ਪਰ ਕਿਸਾਨ ਟਰੈਕਟਰ ਫਰੇਡ ਵਾ ਹਿੱਸਾ ਕੇ ਮਾਮਲੇ ਮਾ ਟਵੀਟਰ ਨੇ ਜਿੱਥਾ ਯੋ ਕਲੋ ਵੀ ਡੋਨਲਡ ਟਰੰਪ ਕਾ ਖਾਤਾ ਸਸਪੈਂਡ ਕਰਤਾ ਤਾਂ ਇਸ ਤਰ੍ਹਾਂ ਕੀ ਖਬਰ ਨਿਕਲ ਗਈ 550 ਖਾਤੇ ਸਸਪੈਂਡ ਕਰਤੇ ਟਵਿੱਟਰ ਕੇ ਬਲਾਰੇ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਾ ਵੀ ਪਲੇਟਫਾਰਮ ਪਰ ਟਵੀਟਸ ਕੇ ਲੇਬਲ ਜੋ ਲੇਬਲ ਕਰੇ ਗਏ ਆ ਯੋ ਮੀਡੀਆ ਕੀ ਜੋ ਨੀਤੀਆਂ ਕੇ ਉਲੰਘਣਾ ਹੋ ਰਹੀ ਥੀ ਯਾਰ ਬਲਾਰੇ ਨੇ ਦੱਸਿਆ ਵੀ ਹਿੰਸਾ ਦੁਰਵਿਵਹਾਰ ਤਮਕੀਆਂ ਉਕਸਾਣ ਕੀ ਕੋਸ਼ਿਸ਼ ਹਲੇ ਖਾਤਿਆਂ ਨੂੰ ਖਾਮਾ ਨੇ ਸਸਪੈਂਡ ਕਰਤੇ ਆਧੇ ਨਿਯਮਾਂ ਨੂੰ ਤੋੜ ਕੇ ਨੁਕਸਾਨ ਖਤਰਾ ਪੈਦਾ ਹੋ ਸਕਦਾ ਇਸ ਕਰਕੇ ਮੰਨਣਾ ਹੈ 550 550 ਖਾਤੇ ਕੱਲ ਟਵੀਟ ਨੇ ਡਿਲੀਟ ਕਰਤੇ ਆਰ ਦਿੱਲੀ ਪੁਲਿਸ ਨੇ ਉਹ ਖਾਤੇ ਨੂੰ ਲੀਕਾ ਪਹਿਲੇ ਅਲਰਟ ਕਰਿਆ ਹੋਤਾ ਆਰ ਤੁਹਾਨੂੰ ਪਤਾ ਹੋਣਾ ਵੀ ਜਿੱਦਣ ਪ੍ਰੈਸ ਕਾਨਫਰੰਸ ਹੋਈ ਸੀ ਦਿੱਲੀ ਪੁਲਿਸ ਨੇ ਜਿੱਦਣ ਇਜਾਜ਼ਤ ਦਿੱਤੀ ਉਸ ਦਿਨ ਦੱਸਿਆਤਾ ਵੀ 550 ਤੋਂ ਜ਼ਿਆਦਾ ਖਾਤੇ ਜਿਹੜੇ ਇਸਕੇ ਪਰ ਕੰਮ ਕਰ ਰਹੇ ਆਰ ਇਹੋ ਖਾਤਿਆਂ ਨੂੰ ਫਿਰ ਇਹ ਕਹਿ ਲੋ ਵੀ ਡਿਲੀਟ ਕਰਤੇ ਆ ਇਹੋ ਖਾਤੇ ਇਹ ਸਸਪੈਂਡ ਹੋ ਗਏ ਔਰ ਇਸਕੇ ਗੈਲ ਗੈਲ ਲਾਲ ਕਿਲੇ ਕੀ ਹਿੰਸਾ ਇਹ ਅੰਦੋਲਨ ਕੇ ਵਿੱਚ ਮਾ ਕੱਲ ਕਈ ਚੈਨਲ ਵਾਲਿਆਂ ਨੇ ਇੱਕ ਤੋਂ ਕਹਾ ਵੀ ਆਪਣੇ 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 ਨੂੰ ਮਾਰਾਂ ਯੋ ਬਾਤ ਹੋ ਜਾ ਔਰ ਯੋ ਵੀਰ ਕਹਿ ਲਿਓ ਭਈ ਕੱਲ ਜਦ ਯੋ ਖਬਰ ਨਿਕਲ ਕੇ ਆਏਗਾ ਗਰੁੱਪ ਮਾ ਤਰੇੜ ਪੈ ਗਈ ਪਾਟੋ ਧੜ ਪੈ ਗਈ ਬਹੁਤ ਚੀਜ਼ਾਂ ਇਤਨੇ ਕੇ ਖਬਰਾਂ ਸੋਸ਼ਲ ਮੀਡੀਆ ਪਾ ਅਲੱਗ ਅਲੱਗ ਸੋਸ਼ਲ ਚੈਨਲ ਲੱਗੇ ਦਿਖਾਣ ਤਾਂ ਕਿਤਨੇ ਕਿਤੇ ਲੋਕਾਂ ਦਾ ਜੋ ਮਨੋਬਲ ਹੋਵਾ ਉਸ ਨੂੰ ਤਲੇ ਗੇਰਨੇ ਕੀ ਬਾਤ ਹੋਵਾ ਆਰ ਯੋ ਮਨੋਬਲ ਗੇਰਨੇ ਵਾਲੀ ਬਾਤ ਤੇ ਕੱਲ ਆਰ ਇਸਕੇ ਵਿੱਚ ਮੈਂ ਦੇਖੋ ਜੋ ਬਾਤ ਆਈ ਨਿਕਲਗਾ ਉਸ ਨੂੰ ਨਹੀਂ ਦੱਸਣਾ ਉਸਕੇ ਉੱਪਰ ਮਸਾਲਾ ਲਾਲਾ ਕਾ ਉਸ ਨੂੰ ਹੋਸ ਆਗੈਲ ਬਣਾ ਕੇ ਦੇਣਾ ਈਬ ਜਿੱਥਾ ਕੱਲ ਟਰੈਕਟਰ ਰੈਲੀ ਹੋਈ ਇਸਕੇ ਵਿੱਚ ਮੈਂ ਇੱਕ ਪਾਸਾ ਪੀਸਫੁੱਲ ਹੋਈ ਇੱਕ ਪਾਸਾ ਮੈਂ ਕੱਲ ਵੀ ਕਿਹਾ ਦਾ ਇੱਕ ਪਾਸਾ ਗਿਰਰੇ ਤੇ ਦਿੱਲੀ ਮਾ ਫੁੱਲ ਇੱਕ ਪਾਸਾ ਗਿਰਰੇ ਤੇ ਹੰਝੂ ਵਾਲੇ ਗੋਲੇ ਇਹ ਦੋ ਗੋਲੇ ਦੋ ਤਰ੍ਹਾਂ ਦੀ ਬਾਰਸ਼ ਕੱਲ ਦਿੱਲੀ ਵਿੱਚ ਦੇਖਣ ਨੂੰ ਮਿਲੀ ਅਰ ਉਥਾਈ ਰਾਸਿਕ ਕਿਸਾਨ ਮਜ਼ਦੂਰ ਸੰਗਠਨ ਕਾ ਆਗੂ ਵੀ ਐਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਆਗੂ ਰਕੇਸ਼ਟ ਕੈਦ ਕੇ ਖਿਲਾਫ ਗੰਭੀਰ ਦੋਸ਼ ਲਾਏ ਅਰ ਆਪਣੇ ਆਪ ਨੂੰ ਆਪਣੀ ਜਥੇਬੰਦੀ ਨੂੰ ਇਸ ਅੰਦੋਲਨ ਤੇ ਲੱਗ ਕਰਨੇ ਦਾ ਫੈਸਲਾ ਕਰਿਆ ਹਲਵਾ ਕਹਿ ਰਹਾ ਆਪਣੀ ਲਹਿਰ ਕਾ ਉਰੇ ਹੀ ਖਤਮ ਕਰ ਕਾ ਕਹਾ ਜਥੇਬੰਦੀ ਕਾ ਅੰਦੋਲਨ ਲੱਗ ਕਰੇਗੀ ਇਸ ਅੰਦੋਲਨ ਮਾ ਆਲ ਇੰਡੀਆ ਕਿਸਾਨ ਸੰਘਰਸ਼ ਸਮਿਤੀ ਕੇ ਲੀਡਰ वीएम सिंह दिल्ली की घटना का इसने सर्वसारद से भी सर्वसार घटना ऑल इंडिया किसान संघर्ष समिति का यो जड़ा वीएम सिंह यो कह रहा भाई एम एसपी का तरह माएते हुल्लड़बाजी करनी है ते ट्रैक्टर रैलियां का रूट तयत आ जात फिर इसकी उल्लंघन हुई इसकी सख्त कार्रवाई होनी चाहिए थी यार बहुत शर्म बात हुई जो होया और इस आंदोलन में का है मैं इ बगे नहीं चल सकदा मैं नहीं कहनी की गल चल सकदा जो काम इन्होंने करया ਇਹ ਬਾਤ ਆ ਆਰਬੀਐਮਸੀ ਨੇ ਅੰਦੋਲਨ ਇਸ ਤਰੀਕੇ ਕਹਾ ਇਹ ਕੰਮ ਕਰੇ ਨਹੀਂ ਕਰੇਗਾ ਕਾ ਇਥਾ ਵੀ ਇਥਾ ਸੀਹਿਤ ਕਰਾਉਣ ਵਾਸਤੇ ਲੋਕਾਂ ਨੂੰ ਕਟਰਾਣ ਖਾਤਰ ਥੋੜੀ ਆਏਗਾ ਭਾਰਤੀ ਕਿਸਾਨ ਯੂਨੀਅਨ ਨੇ ਰ ਕੇਸ ਤਕੈਤ ਪਾਲ ਇਲਜ਼ਾਮ ਲਾਇਆ ਕਾ ਬੀਐਮਸੀ ਨੇ ਦੱਸੇ ਵੀ ਰ ਕੇਸ ਤਕੈਤ ਸਰਕਾਰ ਨਾਲ ਮੀਟਿੰਗ ਕਰਨ ਗਏ ਤੇ ਆਰ ਉਹਨਾਂ ਨੇ ਕਹਾ ਜੂਪੀ ਦੇ ਵਿੱਚ ਗੰਨਾ ਕਿਸਾਨਾਂ ਦਾ ਮੁੱਦਾ ਇੱਕ ਬਾਰ ਵੀ ਨਹੀਂ ਚੱਕਿਆ ਆਰ ਵਾ ਕਹ ਰਿਹਾ ਬਿ ਛੋਣੇ ਬਾਰੇ ਗੱਲ ਕਰੀ ਆਰ ਇਸ ਬਾਰੇ ਕਾ ਗੱਲ ਕਿਆ ਕਰੀ ਨਹੀਂ ਆ ਰਹੀ تھا ਕਾ ਸਮਰਥਨ ਦੇਣ ਦੀ ਬਾਤ ਨਹੀਂ ਨਿਕਲ ਕਾਈ ਯਾਰ ਕਾ ਜੋ ਕੰਮ ਤਾਂ ਉਸਕਾ ਮੈਨੂੰ ਫੋਕਸ ਨਹੀਂ ਕਰਿਆ ਔਰ ਇਸਕੇ ਗੈਲਗਲ ਬੀਐਮ ਨੇ ਯੋ ਵੀ ਕਿਹਾ ਕਾ ਵੀ ਸਰਕਾਰ ਕਾ ਕਸੂਰ ਹੈ 11 ਵਜੇ ਕੇ ਬਜਾਏ 8 ਵਜੇ ਰਵਾਨਾ ਹੋ ਰਿਹਾ ਸਰਕਾਰ ਕੀ ਕਰ ਰਹੀ ਦਿਖਾ ਯੋ ਬਾਤਾਂ ਯੋ ਜਿਹੜੀਆਂ ਉੱਥਾ ਨਿਕਲ ਕਾਈਆਂ ਆਰ ਉਸਕੇ ਉੱਪਰ ਕਹੇ ਵੀ ਕੱਲ ਬਖਵਾਕ ਨਿਊ ਚੈਨਲਾਂ ਨੇ ਬਖਵਾਕ ਯੋ ਜਿਹੜੇ ਸੋਸ਼ਲਾਈਜ਼ ਲੋਕ ਤੇ ਇਹਨਾਂ ਨੇ ਆਪਣੇ ਆਪਣੇ ਧਾਰਨਾਵਾਂ ਯ ਉੱਪਰ ਲਿਖੀਆਂ ਹਰ ਇਸਕੇ ਵਿੱਚ ਮੈਂ ਕੀ ਕਿ ਨਾ ਕਿਤੇ ਕਿਸਾਨਾਂ ਦਾ ਮਨੋਬਲ ਗੇਰਨੇ ਦੀ ਗੱਲ ਕਰੀ ਆਰ ਮੈਂ ਕੱਲ ਲਾਈਵ ਇਹੋ ਕਿਸਾਨ ਜਿੱਥੇ ਬੰਦਿਆਂ ਨੂੰ ਸੁਣਿਆ ਤਾਂ ਅੱਜ ਵੀ ਸੁਣਿਆ ਅਰੇ ਨੇ ਨੇ ਕਿਹਾ ਕਹਾ ਭਈ ਮਾਰਾ ਸੰਘਰਸ਼ ਸੂਤਰੀ ਚਲੇਗਾ ਵੱਡੀ ਪ੍ਰੋਬਲਮ ਇੰਟਰਨੈਟ ਕਿ ਮੈਂ ਪਹਿਲਾਂ ਸਟਾਰਟਿੰਗ ਵਿੱਚ ਜੋ ਕਿਹਾ ਤਾਂ ਵੀ ਇੰਟਰਨੈਟ ਦੀ ਪ੍ਰੋਬਲਮ ਕਰਕੇ ਕਹਾ ਵੀ ਸੰਘਰਸ਼ ਅੱਗਾ ਨਹੀਂ ਤੁਰ ਰਿਹਾ ਪਰ ਆਪਣਾ ਸੰਘਰਸ਼ ਅੱਗਾ ਤੁਰਤੋ ਰਿਹਾਗਾ ਵੀ ਅਗਾ ਦਿਖ ਨਹੀਂ ਰਿਹਾ ਲੋਕਾਂ ਨੂੰ ਇੰਟਰਨੈਟ ਦੀ ਸਰਵਿਸ ਨਾ ਹੋਣ ਕਰਕੇ ਉਥਾ ਕਈ ਇਲਾਕਿਆਂ ਵਿੱਚ ਇੰਟਰਨੈਟ ਪੂਰੀ ਤਰ੍ਹਾਂ ਬੰਦ ਕਰਤੇ ਇਸ ਕਰਕੇ ਕਹਾ ਵੀ ਯੋ ਆ ਅੰਦੋਲਨ ਦਿਖ ਨਹੀਂ ਰਿਹਾ আর ਇਸ ਕੇ ਗੱਲ ਗੱਲ ਤੁਹਾਨੂੰ ਗਰਨਾਮ ਸਿੰਘ ਚੜੂਨੀ ਕੀ ਬਾਤ ਵੀ ਦੱਸਦੇ ਆ ਗਰਨਾਮ ਸਿੰਘ ਚੜੂਨੀ ਨੇ ਕੀ ਆ ਕਿਹਾ ਮੰਗਲਵਾਰ ਕੀ ਜੁੜੀ ਬਾਤ ਨਿਕਲ ਕਾਈ ਯਾਰਾ ਦਾ ਕਾਰ ਦੀਪ ਸਿੱਧੂ ਨੇ ਕਾ ਗਰਨਾਮ ਸਿੰਘ ਚੜੂਨੀ ਭਾਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਗਰਨਾਮ ਸਿੰਘ ਚੜੂਨੀ ਨੇ ਦੀਪ ਸਿੱਧੂ ਆ ਬੇਹਦ ਗੰਭੀਰ ਇਲਜ਼ਾਮ ਲਾ دیے ਹਰ ਗਰਨਾਮ ਕਹਿ ਰਿਹਾ ਕਹੇ ਦੀਪ ਸਿੱਧੂ ਕਿਸਾਨਾਂ ਨੂੰ ਕਹੇ ਬੇਕਾਰ ਰਿਆ ਤਾਂ ਗਰਨਾਮ ਸਿੰਘ ਨੇ ਕਹੇ ਮੰਗਲਵਾਰ ਨੂੰ ਲਾਲ ਕਿਲੇ ਪਾ ਜਿਹੜਾ ਕੰਮ ਕਰ ਕਾ ਗਿਆ ਦੀਪ ਸਿੱਧੂ ਇਸ ਨੂੰ ਜ਼ਿੰਮੇਵਾਰ ਦੱਸਿਆ ਰਬੀਕਿਓ ਲੀਡਰ ਨੇ ਵੀਡੀਓ ਸੰਦੇਸ਼ ਮਾ ਕਿਹਾ ਵੀ ਦੀਪ ਸਿੱਧੂ ਨੇ ਜੋ ਕਰਿਆ ਨਿੰਦਣਯੋਗ ਲਾਲ ਕਿਲੇ ਦਾ ਜਾਣਾ ਮਹਾਰਾ ਕੋਈ ਪ੍ਰੋਗਰਾਮ ਹੈ ਨਹੀਂਤਾ ਆਰ ਉਹ ਬਾਗੀ ਹੋ ਗਿਆ ਥਾ ਗਿਆ ਆ ਲੋਕਾਂ ਨੂੰ ਆਪਣੇ ਗੈਲ ਲਾ ਕੇ ਗੱਲਾਂ ਲਾ ਕੇ ਇਹ ਲਾਲ ਕਿਲੇ ਲੈ ਗਿਆ ਇਸ ਕੀ ਹਮ ਕੋ ਨਿੰਦਾ ਕਰਾਂ ਚੜੂਨੀ ਨੇ ਕਿਹਾ ਵੀ ਦੀਪ ਸਿੱਧੂ ਬਹੁਤ ਦਿਨ ਪਹਿਲਾਂ ਤੇ ਗੜਬੜ ਪਾ ਰਿਹਾਤਾ ਆਰ ਕਿਸਾਨ ਲੀਡਰਾਂ ਖਿਲਾਫ ਬੁਰ ਰਿਹਾਤਾ ਵੀਕਿਓ ਲੀਡਗ੍ਰਾਮ ਚੜੂਨੀ ਨੇ ਕਲੀਅਰ ਕਰ ਤਿਆ किसान है नहीं इस धार्मिक अंदोलन बनाने की रंगत देने का काम दीप सिद्धू ने करया। दीप सिद्धू के पर हाशटैग चलना शुरू हो गया और बहुत से लोग जो दीप सिद्धू के हक में भी खड़ रहे बहुत से लोग जो कहा भी दीप सिद्धू ने काम गलत करे और उधर अंदोलन खत्म ਕਰ ਲੱਗੇ ਕਿਸਾਨਾਂ ਤੇ ਇਲਜ਼ਾਮ ਕਾ ਲੱਗਿਆ ਔਰ BKU ਨੇ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕਰਿਆ ਔਰ ਬੜੇ ਤਰ੍ਹਾਂ ਗਿਆ ਕੱਲ੍ਹ ਗਿਆ ਸੁਰਖੀਆਂ ਨੇ ਜਿਹੜੀਆਂ ਇਹਨਾਂ ਦੇ ਉੱਪਰ ਅੱਜ ਬਾਤ ਕਰਾਂਗਾ ਜ਼ਿਆਦਾ ਡੀਪਲੀ ਜਾਣੇ ਕੋਸ਼ਿਸ਼ ਨਹੀਂ ਕਰਾਂਗਾ ਔਰ ਮੈਥਨ ਦਾ ਸੇਮ ਇਸਕੇ ਵਿੱਚ ਮਾ ਭਾਰਤੀ ਕਿਸਾਨ ਯੂਨੀਅਨ BKU ਦਾ ਮੁਖੀ ਰਕੇਸ਼ ਤਕੈਤ ਨੇ ਦਿੱਲੀ ਮਾ ਹੋਈ ਟਰੈਕਟਰ ਪਰੇਡ ਹਿੰਸਾ ਦੇ ਪਿੱਛੇ ਸਾਜ਼ਿਸ਼ ਦਾ ਖਾਸਾ ਜਤਾਇਆ ਔਰ ਭਾਗਵਤ ਉਥਾ ਬਾਪਸ ਗਿਆ ਅਰੈਸਟ ਤਕੈਤ ਉਸਨੇ ਕਿਹਾ ਵੀ ਪੁਲਿਸ ਨੇ ਲਾਠੀ ਚਾਰਜ ਕਰੀ ਹਰ ਕਈ जख्मी ਕਰਤੇ ਕਿਸਾਨ ਸਰਕਾਰ ਦਾ ਕੋਈ ਰੁਪਈਏ ਦਾ ਨੁਕਸਾਨ ਨਹੀਂ ਹੋਇਆ ਕਾ ਜਿਆਦਾ ਨੁਕਸਾਨ ਕਿਸਾਨਾਂ ਕੋ ਹੋਇਆ ਹਰ ਇਸੇ ਬਾਅਦ ਵੀ ਕਹਾ ਇਸ ਸਰਕਾਰ ਨੇ ਕਿਸਾਨਾਂ ਦੇ ਉੱਪਰ ਬੱਦ ਪਰਚੇ ਕਰਤੇ ਕਾ ਆਪਣਾ ਕੁਛ ਨਹੀਂ ਦੇਖਿਆ ਔਰ ਆਂਦੋਲਨ ਕੇ ਬਿ ਸਰਕਾਰੀ ਸੰਪਤੀ ਕੋਈ ਨੁਕਸਾਨ ਨਹੀਂ ਹੋਇਆ ਆਂਦੋਲਨ ਖਤਮ ਕਰਨ ਕੇ ਕਾ ਇੱਕ ਚਾਲ ਥੀ ਬੜੀ ਔਰ ਇਸਕੇ ਗੈਰਗੈਰ ਰਕੇਸ਼ ਕਹਿਤ ਨੇ ਯੋ ਵੀ ਇਲਜ਼ਾਮ ਲਗਾਇਆ ਕਹਾ ਵੀ ਯੋ ਜਿਹੜਾ ਦਿੱਲੀ ਪੁਲਿਸ ਕੀ ਜਿਹੜੀ ਬੈਰੀਕੇਡਿੰਗ ਥੀ ਯੋ ਜਾਣ ਬੁੱਝ ਗਿਆ ਕੱਚੀ ਕਰੀ ਵੀ ਥੀ ਕਹਾ ਵੀ ਜਾਨ ਬੁੱਝ ਗਿਆ ਲੋਕ ਥਾ ਬਣਿਆ ਆਰ ਜਾਨ ਬੁੱਝ ਗਿਆ ਉੱਥਾ ਪਹੁੰਚੇ ਆਰ ਮੰਗਲਵਾਰ ਨੂੰ ਤੁਹਾਨੂੰ ਦੱਸਦਾ ਵੀ 15 ਐਫਆਈਆਰ ਆਰ ਐਫਆਈਆਰ ਈਸਟਰਨ ਰੇਂਜ ਦੇ ਵਿੱਚ ਵਾ ਦਰਜ ਕਰੀਆ ਨਜ਼ਬਗੜ ਹਰੀਦਾਸ ਨਗਰ ਉੱਤਮ ਨਗਰ ਆਰ 21 ਕੈਫੇਰ ਰਾਤ ਹੋ ਚੁੱਕੀ ਦੀ ਆਰ ਇਹੋ ਤੁਹਾਨੂੰ ਮੈਂ ਦੱਸ ਸਕੀ ਜਾਣਕਾਰੀ ਵੱਖ-ਵੱਖ ਜ਼ਿਲ੍ਹਿਆਂ 'ਵਾਂ ਤੇ 15 ਐਫਆਈਆਰ ਇਹ ਜਿਹੜੀਆਂ ਇੱਧਰ ਹਰਿਆਣਾ ਮਤਲਬ ਇਹ ਜਿਹੜੇ ਯੂਪੀ ਵਾਲੇ ਕਿਸਾਨ ਤੇ ਇਨਗੇ ਪਾਸੇ ਤੇ ਨਿਕਲ ਕਾਰੀਆਂ ਚਲੋ ਘਰ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿਚমা ਇਹ ਖਬਰਾਂ ਇਤਨੀ ਚੱਲੀਆਂ ਥਾਰੇ ਗੈਲ ਲੇਟਸ ਅਪਡੇਟ ਦੇ ਦੇਗਾ ਲਾਲ ਕਿਲੇ ਕੇ ਉਪਰ ਝੰਡਾ ਚੜਾਉਣੇ ਵਾਲਾ ਜਗਰਾਤ ਸਿੰਘ ਇਸ ਕੇ ਮਾਤਾ ਪਿਤਾ ਹੀ ਕਰਤੇ ਫਰਾਰ ਔਰ ਖਬਰਾਂ ਨਿਕਲ ਕਾਰੀਆਂ ਵੀ ਇਹ ਪੁਲਿਸ ਇਸ ਨੂੰ ਲੱਭ ਰਹੀ ਆ ਦਾਦੇ ਦਾ ਜੋਸ਼ ਕੇ ਵਿਚমা ਗਲਤੀ ਕਰ ਗਿਆ ਪੁੱਤ ਇਹੋ ਬਿਆਨ ਨਿਕਲ ਕਾਰਿਆ ਔਰ ਬਖ ਬਖ ਜੋ ਜਿਹੜੇ ਉਥਾ ਪੱਤਰਕਾਰ ਪੰਜਾਬ ਕੇ ਵਿਚমা ਇਹ ਬਖ ਬਖ ਪੱਤਰਕਾਰ ਤਰ ਖੇਮ ਕਰਨਗੇ ਵਿਚমা ਇਹ ਉਹ ਜਿਹੜਾ ਪਿੰਡ ਪੈ ਰਿਹਾ ਇਸਕੇ ਪਿੰਡ ਦੇ ਵਿੱਚ ਮਾ ਜਾ ਰਹੇ ਔਰ ਜਾ ਕੇ ਉੱਥਾ ਇੰਟਰਵਿਊ ਕਰਨੀ ਸ਼ੁਰੂ ਕਰਤੀ ਔਰ ਕਿਤੇ ਨਾ ਕਿਤੇ ਇਹ ਛੋਕਰੇ ਵਾਸਤਾ ਵੀ ਆਣ ਵਾਲੇ ਦਿਨਾਂ ਮਾ ਬੜੀਆਂ ਮੁਸ਼ਕਲਾਂ ਖੜੀਆਂ ਹੋ ਸਕਾਂ ਔਰ ਇਹ ਲਾਡਾ ਡਿਸਕਸ਼ਨ ਦੇ ਵਿੱਚ ਮਾ ਇਸ ਬਾਤ ਕੇ ਉੱਪਰ ਆਪਾਂ ਗੱਲਬਾਤ ਅੱਗਾ ਜਾਰੀ ਰੱਖਾਂਗੇ ਪਰ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਔਰ ਮੈਂ ਸਾਰਿਆਂ ਨੂੰ ਦੱਸਦੇ ਆ ਵੀ ਮਹਾਰਾਜ ਇਹ ਸ਼ੋ ਜਿਹੜਾ ਇਹ ਰੇਡੀਓ ਪਰ ਚੱਲਾ ਥਾਰੇ ਖਾਤਰ ਆਪਾਂ ਇਸ ਦਾ ਰੀ ਟੈਲੀਕਾਸ ਆਜ ਨਿਊਜ਼ ਵਾਲਾ YouTube ਤੇ ਆਪਾਂ ਕਰਾਂ ਔਰ ਇੱਕ ਮੇਰੇ ਵੀਰ ਨੇ ਕਿਹਾ ਤਾਂ ਕਹਾ ਇਹ ਵਿਊ ਲੈਣ ਖਾਤਰ ਥਮ ਇਤਰਾ ਕੀ ਬਾਤਾਂ ਕਰਾਂ ਹਰ ਵੀਰੇ ਬਿਊਬ ਆ ਲੈਣੇ ਵਾਲੀ ਕੋਈ ਬਾਤ ਨਹੀਂ ਆ ਮਾਰਾ ਰੇਡੀਓ ਚਲਾ ਯਾਰ ਰੇਡੀਓ ਪਤਾ ਹੀ ਆਪਾਂ ਇਹ ਵੀਡੀਓ ਕੱਟ ਕਾ ਆਡੀਓ ਕੱਟ ਕਾ ਇੱਥਾ ਪਾ ਦਿਆਂ ਠੀਕ ਹੈ ਹਰ ਜਿਓ ਕੋਈ ਮਨ ਮਾ ਸੰਕਪਲੇਖਾ ਪੀਤਾ ਉਰਾ ਕਾ ਦੇਖ ਲੈ ਉੱਥਾ ਕਾ ਦੇਖ ਲੈ ਇਹੋ ਜਿਤਨਾ ਬਾਹਰਲੇ ਬੈਠ ਕਾ ਦੇਖਣਾ ਇਤਨਾ ਤੋਂ ਥਨ ਦੇਖਿਆ ਨਹੀਂ ਹੋਣਾ ਯੋ ਮੈਂ ਤੁਹਾਨੂੰ ਦੱਸ ਦਿਆਂ ਬਾਕੀ ਯੋ ਬਾਤ ਹੈ ਵੀ ਭਾਵਨਾ ਦਿਲ ਕੀ ਆਪਣੀ ਹਰੇਕ ਕੀ ਹੋਵਾ ਹਰੇਕ ਬੰਦਾ ਆਪਣੇ ਮਨ ਕੀ ਗੱਲ ਕਰਨੇ ਕਾ ਅਧਿਕਾਰ ਹੈ ਹਰੇਕ ਬੰਦਾ ਕਰ ਸਕਾ ਹਰ ਆਪਾਂ ਕਰੇ ਵੀਰੇ ਕਈ ਬਾਤ ਯੋ ਕਹਿ ਲੋ ਵੀ ਈ ਵਜੇ ਹਵਾਈ ਜਹਾਜ਼ ੜਾਣਾ ਹਰ ਭਵਾਈ ਜਹਾਜ਼ ਕੇ ਪਾਇਲਟ ਤੋਂ ਵੀਰ ਦੋਏ ਹੋਮਾ ਪਰ ਉਨ੍ਹਾਂ ਕੋ 15 16 ਬੰਦਿਆ ਕੋ ਹੋਵਾ ਔਰ ਜੇ ਥਾਰੇ ਵਰਗਾ ਕੁਰਸੀ ਬੈਠਾ ਪਾਣੀ ਗਲਾਸ ਮੰਗਾ ਈ ਬੇਰ ਯੋ ਜਹਾਜ਼ ੜਾਣੇ ਵਾਲਾ ਤੂੰ ਤੁਹਾਨੂੰ ਪਾਣੀ ਪਲਾਨਤੇ ਰਿਹਾ ਵੀਰ ਯੋ ਕਹਿ ਲੋ ਵੀ ਹਰੇਕ ਬੰਦਾ ਲੀਡਰ ਨਹੀਂ ਬਣ ਸਕਦਾ ਸੰਘਰਸ਼ੀਲ ਯੋ ਨਹੀਂ ਕਿ ਉੱਥਾ ਜਾ ਕੇ ਸੰਘਰਸ਼ ਹੋਵੇਗਾ ਸੰਘਰਸ਼ ਕਰਨੇ ਵਾਲੇ ਤੋਂ ਵੀਰ ਪਿੱਛਾ ਬੈ ਕੇ ਬੜਾ ਕੁਝ ਕਰ ਲਿਆ ਔਰ ਯੋ ਜਿਨ੍ਹਾਂ ਨੇ ਖੁਸ਼ ਕਰਨਾ ਨਹੀਂ ਬਸ ਜਿਨ੍ਹਾਂ ਨੇ ਨਿੰਦਣਾ ਬਹੁ ਬਸ ਨਿੰਦੇ ਸਕਾ ਹੋਰ ਖੁਸ਼ ਨਹੀਂ ਕਰ ਸਕਦੇ ਖੈਰ ਲਾਡਾ ਡਿਸਕ ਰੇਡੀਓ ਪ੍ਰੋਗਰਾਮ ਪਾ ਇਸ ਪਾਸੇ ਵੀ ਯੂ ਬਾਤ ਨਹੀਂ ਅਪਾ ਨੇ ਲੈ ਜਾਣੀ ਸਾਰਿਆਂ ਦਾ ਸਤਿਕਾਰ ਕਰਾਂ ਮਾਰੇ ਸਰੋਤੇ ਮਾਰੇ ਵਿਊਰਸ ਜਿਹੜੇ ਮਾਨੂੰ ਸੁਣਾ ਦੇਖਾਂ ਸਾਰੇ ਦਾ ਪਤਨਵਾਦ ਕਰਾ ਸਿਰ ਮੱਥੇ ਆਰ ਇੱਕ ਬ੍ਰੇਕ ਲਿਆਂ ਬ੍ਰੇਕ ਕੇ ਬਾਅਦ ਅਪਾ ਇਸੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਅੱਗਾ ਕੰਟੀਨਿਊ ਕਰਾਂਗੇ ਆਰ ਇੱਕ ਨਿੱਕੀ ਜਿਹੀ ਬ੍ਰੇਕ ਕੇ ਬਾਅਦ ਅਪਾ ਫੇਰ ਥਾਰੇ ਗੱਲ ਕਰ ਰਹੇ ਗੱਲਬਾਤ